ਮੇਰੀ ਗਰੀਬੀ ਦੇ ਵਿੱਚ ਤਾਂ ਪਿਆਰ ਦਾ ਕੋਈ ਲੈਣ ਦੇਣ ਹੀ ਹੈ ਨਹੀਂ। ਜਦੋਂ ਜਿਹੜਾ ਪਿਆਰ ਚੀਜ਼ ਹੈ ਸਭ ਤੋਂ ਵੱਡੀ ਚੀਜ਼ ਹੈ ਰੱਬ ਦੀ ਦੇਣ, ਇਹ ਤਾਂ ਕਿਸੇ ਨੂੰ ਚਾਹ ਕੇ ਆਪਾਂ ਕਰ ਨਹੀਂ ਸਕਦੇ ਕਿ ਪਰਮਾਤਮਾ ਲਈ ਮੇਲ ਮਿਲਾਪ ਹੁੰਦਾ। ਇਹ 'ਚ ਗਰੀਬੀ ਮੇਰੀ ਤਾਂ ਮੈਂ ਤਾਂ ਨਹੀਂ ਸਮਝਦਾ, ਜਿਹੜੇ ਉਹ ਘਟੀਆ ਸੋਚਦੇ ਮਾਲਕ ਲੋਕ ਨੇ ਉਹ ਇਹ ਚੀਜ਼ ਨੂੰ ਮੂਹਰੇ ਰੱਖਦੇ। ਸਿੱਧੂ ਨੂੰ ਅੱਜ ਤੋਂ 19 ਸਾਲ ਪਹਿਲਾਂ ਅਣਖ ਖਾਤਰ ਕਤਲ ਕਰ ਦਿੱਤਾ ਗਿਆ ਸੀ, ਪਰ ਇਸ ਮਾਮਲੇ ਦੇ ਵਿੱਚ ਹੁਣ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜੱਸੀ ਦੇ ਪਤੀ ਮਿੱਠੂ ਸਿੱਧੂ ਨੂੰ ਇਸ ਮਾਮਲੇ ਵਿੱਚ ਨਿਆਂ ਮਿਲਣ ਦੀ ਆਸ ਬੱਝ ਗਈ ਹੈ। ਇਹਨਾਂ ਨੂੰ ਮੈਂ ਚਾਹੁੰਦਾ ਸਜ਼ਾ ਇੱਦਾਂ ਦੀ ਮਿਲੇ ਨਾ, ਇਹਨਾਂ ਦੀ ਦੁਨੀਆ 'ਚ ਕਿਸੇ ਨੂੰ ਮਿਲੀ ਨਾ ਹੋਵੇ, ਵੀ ਜਿੰਨਾ ਟਾਈਮ ਉਹਦੇ ਸਵਾਦ ਚੱਲਦੇ ਆ ਉਹ ਜੇਲ੍ਹ ਛੱਡਿਆ ਚੱਲਣਾ, ਔਰ ਨਾ ਉਹਨਾਂ ਨੂੰ ਪੀਟ ਮਿਲੇ ਨਾ ਸੁੱਟੀ ਕੋਈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਕਤਲ ਦਾ ਪੂਰਾ ਮਾਮਲਾ ਹੈ ਕੀ। 8 ਜੂਨ ਸਾਲ 2000 ਵਿੱਚ ਲੁਧਿਆਣਾ ਦੇ ਪਿੰਡ ਕਾਉਂਕੇ ਖੋਸਾ ਦੇ ਨਿਵਾਸੀ ਸੁਖਵਿੰਦਰ ਸਿੱਧੂ ਉਰਫ ਮਿੱਠੂ ਸਿੱਧੂ ਤੇ ਉਸ ਦੀ ਪਤਨੀ ਜੱਸੀ ਸਿੱਧੂ ਤੇ ਜਾਨਲੇਵਾ ਹਮਲਾ ਹੋਇਆ ਸੀ। ਹਮਲੇ 'ਚ ਜੱਸੀ ਸਿੱਧੂ ਦੀ ਤਾਂ ਮੌਤ ਹੋ ਗਈ, ਹਮਲਾਵਰ ਮਿੱਠੂ ਸਿੱਧੂ ਨੂੰ ਮਰਿਆ ਸਮਝ ਕੇ ਛੱਡ ਗਏ। ਜੱਸੀ ਬਾਰੇ ਮਿੱਠੂ ਸਿੱਧੂ ਨੇ BBC ਨੂੰ ਕੁਝ ਮਹੀਨੇ ਪਹਿਲਾਂ ਦੱਸਿਆ ਸੀ, ਮੈਨੂੰ ਅੱਜ ਵੀ ਜਾਨ ਦਾ ਖਤਰਾ ਹੈ, ਮੈਂ ਮਰਨ ਤੋਂ ਨਹੀਂ ਡਰਦਾ, ਪਰ ਮਰਨ ਤੋਂ ਪਹਿਲਾਂ ਜੱਸੀ ਦੇ ਕਾਤਲਾਂ ਨੂੰ ਸਲਾਖਾਂ ਦੇ ਪਿੱਛੇ ਦੇਖਣਾ ਚਾਹੁੰਦਾ ਹਾਂ। ਕਿੱਥੇ ਕੈਨੇਡਾ ਦੀ ਜੰਮਪਲ ਕੁੜੀ ਤੇ ਕਿੱਥੇ ਮੈਂ ਪੰਜਾਬ ਦਾ ਸਧਾਰਨ ਗਰੀਬ ਕਿਸਾਨ ਪਰਿਵਾਰ ਦਾ ਮੁੰਡਾ। 23 ਸਾਲਾਂ ਬਾਅਦ ਵੀ ਮੈਂ ਜੱਸੀ ਨਾਲ ਬਿਤਾਏ ਹਰ ਇੱਕ ਪਲ ਨੂੰ ਦਿਲ ਵਿੱਚ ਤਾਜ਼ਾ ਅਹਿਸਾਸ ਵਾਂਗ ਵਸਾਈ ਬੈਠਾ। ਮਿੱਠੂ ਨੇ ਅੱਗੇ ਕਿਹਾ, 1994 ਦੀਆਂ ਸਰਦੀਆਂ ਦੀ ਇੱਕ ਸ਼ਾਮ ਸੀ, ਮੈਂ ਜਗਰਾਓਂ ਦੇ ਕਮਲ ਚੌਕ ਨੇੜੇ ਟੈਂਪੂਆਂ ਦੇ ਅੱਡੇ ਤੇ ਪਿੰਡ ਜਾਣ ਲਈ ਇੱਕ ਟੈਂਪੂ ਦੀ ਉਡੀਕ ਕਰ ਰਿਹਾ ਸੀ। ਉਦੋਂ ਮੇਰੀ ਉਮਰ 20 ਸਾਲ ਦੀ ਹੋਏਗੀ। 19 ਸਾਲ ਦੀ ਲੱਗਦੀ ਇੱਕ ਸੋਹਣੀ ਜਿਹੀ ਕੁੜੀ ਦੂਰੋਂ ਤੁਰੀ ਆਉਂਦੀ ਨਜ਼ਰ ਆਈ। ਉਸ ਸਫ਼ਰ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮਿੱਠੂ ਨੇ ਦੱਸਿਆ ਕਿ ਕੁੜੀ ਕੈਨੇਡਾ ਦੀ ਜੰਮਪਲ ਜੱਸੀ ਸਿੱਧੂ ਸੀ। ਉਹ ਆਪਣੀ ਮਾਂ ਅਤੇ ਮਾਸੀ ਨਾਲ ਤੁਰੀ ਆ ਰਹੀ ਸੀ। ਉਹ ਆਪਣੇ ਨਾਨਕੇ ਪਿੰਡ ਕਾਉਂਕੇ ਕਲਾਂ ਜਾਣ ਲਈ ਟੈਂਪੂ 'ਤੇ ਚੜ੍ਹ ਗਈ। ਮਿੱਠੂ ਵੀ ਆਪਣੇ ਪਿੰਡ ਕਾਉਂਕੇ ਖੋਸਾ ਜਾਣ ਲਈ ਟੈਂਪੂ ਦੇ ਪਿੱਛੇ ਖੜਾ ਹੋ ਗਿਆ। ਮਿੱਠੂ ਦਾ ਕਹਿਣਾ ਹੈ ਕਿ 6 ਕਿਲੋਮੀਟਰ ਦੇ ਇਸ ਸਫ਼ਰ ਵਿੱਚ ਬਿਨਾਂ ਕੁਝ ਕਹੇ ਸਭ ਕੁਝ ਕਿਹਾ ਗਿਆ। ਜੱਸੀ ਦੇ ਨਾਨਕੇ ਘਰ ਦੀ ਆਲੀਸ਼ਾਨ ਕੋਠੀ ਦਾ ਪਿਛਲਾ ਦਰਵਾਜ਼ਾ ਮਿੱਠੂ ਦੇ 2 ਕਮਰਿਆਂ ਦੇ ਕੱਚੇ ਵਿਹੜੇ ਵਾਲੇ ਸਧਾਰਨ ਜਿਹੇ ਘਰ ਵੱਲ ਖੁੱਲ੍ਹਦਾ ਸੀ। ਮਿੱਠੂ ਦਾ ਕਹਿਣਾ ਹੈ ਕਿ ਆਜ਼ਾਦ ਖਿਆਲਾਂ ਦੀ ਮਾਲਕਣ ਅਤੇ ਪੰਜਾਬ ਦੇ ਰੀਤੀ ਰਿਵਾਜ਼ਾਂ ਤੋਂ ਅਣਭਿੱਜ ਜੱਸੀ ਅਗਲੇ ਦਿਨ ਖੁਦ ਸਕੂਟਰ ਚਲਾ ਕੇ ਉਸਦੇ ਘਰ ਅੱਗੇ ਪਹੁੰਚ ਗਈ। ਅਗਲੇ ਹੀ ਦਿਨ ਦੋਵੇਂ ਜਗਰਾਓਂ ਮਿਲੇ, ਪਰ ਵਾਪਸ ਆਉਣ ਤੋਂ ਬਾਅਦ ਕੋਈ ਗੱਲ ਨਾ ਹੋ ਸਕੀ। ਬਾਅਦ ਵਿੱਚ ਦੋਵੇਂ ਗੁਆਂਢ ਦੇ ਘਰ ਵਿੱਚ ਮਿਲਣ ਲੱਗੇ। ਹਫ਼ਤੇ ਦੇ ਵਿੱਚ ਕਈ ਮੁਲਾਕਾਤਾਂ ਤੋਂ ਬਾਅਦ ਜੱਸੀ ਨੇ ਮਿੱਠੂ ਨੂੰ ਦੱਸਿਆ ਕਿ ਅਗਲੇ ਦਿਨ ਉਹ ਕੈਨੇਡਾ ਵਾਪਸ ਜਾ ਰਹੀ ਹੈ। ਜੱਸੀ ਨੇ ਆਪਣਾ ਪਾਸਪੋਰਟ ਪਾੜ ਦਿੱਤਾ। ਪਾਸਪੋਰਟ ਨਾ ਮਿਲਣ 'ਤੇ ਉਹ 15 ਦਿਨ ਲਈ ਹੋਰ ਰੋਕੀ ਰਹੀ। ਪੜ੍ਹਨ ਵਿੱਚ ਹੁਸ਼ਿਆਰ ਜੱਸੀ ਦਾ ਸੁਪਨਾ ਕੈਨੇਡਾ ਵਿੱਚ ਵਕੀਲ ਬਣਨ ਦਾ ਸੀ। ਜਦੋਂ 15 ਦਿਨਾਂ ਬਾਅਦ ਜੱਸੀ ਕੈਨੇਡਾ ਚਲੀ ਗਈ ਤਾਂ ਚਿੱਠੀਆਂ ਦਾ ਲੰਮਾ ਸਿਲਸਿਲਾ ਸ਼ੁਰੂ ਹੋ ਗਿਆ। ਮਹੀਨੇ ਵਿੱਚ ਇੱਕ ਵਾਰ ਜਗਰਾਓਂ ਦੇ ਇੱਕ PCO 'ਤੇ ਜੱਸੀ ਦਾ ਫੋਨ ਵੀ ਆਉਂਦਾ ਸੀ। ਇਸ ਤਰ੍ਹਾਂ 5 ਸਾਲ ਬੀਤ ਗਏ। 1999 ਵਿੱਚ ਜੱਸੀ ਮੁੜ ਪੰਜਾਬ ਆਈ ਅਤੇ 2 ਮਹੀਨੇ ਇੱਥੇ ਰਹੀ। ਇਸ ਦੌਰਾਨ ਅਸੀਂ ਗੁਰਦੁਆਰੇ ਵਿੱਚ ਆਨੰਦ ਕਾਰਜ ਕਰਵਾਉਣ ਪਿੱਛੋਂ ਵਿਆਹ ਰਜਿਸਟਰ ਕਰਵਾ ਲਿਆ। ਮਿੱਠੂ ਦਾ ਕਹਿਣਾ ਹੈ ਕਿ ਕਹਾਣੀ ਵਿੱਚ ਖਤਰਨਾਕ ਮੋੜ ਉਦੋਂ ਆਇਆ ਜਦੋਂ ਕੈਨੇਡਾ ਪਰਤ ਕੇ ਜੱਸੀ ਨੇ ਮਿੱਠੂ ਨੂੰ ਉੱਥੇ ਸੱਦਣ ਲਈ ਕੁਝ ਡਾਕੂਮੈਂਟ ਸਪਲਾਈ ਕਰ ਦਿੱਤੇ। ਇਹ ਗੱਲ ਉਸਦੇ ਪਰਿਵਾਰ ਨੂੰ ਪਤਾ ਲੱਗ ਗਈ। ਉਹਨਾਂ ਨੂੰ ਇੰਨਾ ਗੁੱਸਾ ਆਇਆ ਕਿ ਸ਼ਿਕਾਇਤ ਦੇ ਆਧਾਰ 'ਤੇ ਮੇਰੇ ਅਤੇ ਮੇਰੇ 2 ਦੋਸਤਾਂ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ। ਜੱਸੀ ਇੰਨੀ ਦਲੇਰ ਕੁੜੀ ਸੀ ਕਿ ਉਹ ਮਾਮਲੇ ਦਾ ਪਤਾ ਲੱਗਣ 'ਤੇ ਮਈ 2000 ਵਿੱਚ ਪੰਜਾਬ ਆ ਗਈ। ਮਿੱਠੂ ਕਹਿੰਦਾ ਕਿ ਉਸਨੇ ਲੁਧਿਆਣਾ 'ਚ ਜੱਜ ਸਾਹਮਣੇ ਪੇਸ਼ ਹੋ ਕੇ ਬਿਆਨ ਦਿੱਤੇ ਅਤੇ ਮੇਰੇ ਅਤੇ ਮੇਰੇ 2 ਦੋਸਤਾਂ ਨੂੰ ਕੇਸ ਵਿੱਚੋਂ ਬਰੀ ਕਰਵਾ ਲਿਆ। ਇਸ ਤੋਂ ਬਾਅਦ ਜੱਸੀ ਅਤੇ ਉਹ ਲੁੱਕ ਛਿਪ ਕੇ ਰਹਿਣ ਲੱਗੇ। 12 ਜੂਨ ਨੂੰ ਰਾਏਕੋਟ 'ਚ ਵਿਆਹ ਦੀ ਪਾਰਟੀ ਰੱਖੀ ਸੀ। ਇਸ ਤੋਂ 4 ਦਿਨ ਪਹਿਲਾਂ ਹੀ ਥਾਣਾ ਅਮਰਗੜ੍ਹ ਨੇੜੇ ਪਿੰਡ ਨਾਰੀਕੇ ਕੋਲ ਮਿੱਠੂ ਅਤੇ ਜੱਸੀ 'ਤੇ ਹਮਲਾ ਹੋ ਗਿਆ।